ਫਾਜ਼ਿਲਕਾ ਦੀ ਨਵੀਂ ਅਨਾਜ ਮੰਡੀ ਦੇ ਵਿੱਚ ਮਾਰਕੀਟ ਕਮੇਟੀ ਦਫ਼ਤਰ ਦੇ ਵਿੱਚ ਲਗਾਇਆ ਗਿਆ ਕਰੋਨਾ ਵੈਕਸੀਨੇਸ਼ਨ ਕੈਂਪ, ਆੜਤੀਆਂ ਦਾ ਕੀਤਾ ਗਿਆ ਟੀਕਾਕਰਨ। ਫਾਜ਼ਿਲਕਾ ਦੀ ਨਵੀਂ ਅਨਾਜ ਮੰਡੀ ਦੇ ਵਿੱਚ ਅੱਜ ਸਵਾਸਥ ਵਿਭਾਗ ਵੱਲੋਂ ਮਾਰਕੀਟ ਕਮੇਟੀ ਦਫ਼ਤਰ ਦੇ ਵਿੱਚ ਕਰੋਨਾ ਵੈਕਸੀਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਦੇ ਵਿੱਚ ਆੜਤੀਆਂ ਦਾ ਟੀਕਾਕਰਨ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਮੌਕੇ ਤੇ ਮੌਜੂਦ ਸਵਾਸਥ ਕਰਮੀ ਨੇ ਦੱਸਿਆ ਕਿ ਉਹਨਾਂ ਵੱਲੋਂ ਹੁਣ ਤੱਕ 50 ਟੀਕੇ ਲਗਾਏ ਜਾ ਚੁੱਕੇ ਹਨ। ਉਹਨਾਂ ਨੇ ਦੱਸਿਆ ਕਿ ਫਾਜ਼ਿਲਕਾ ਦੀ ਮਾਰਕੀਟ ਕਮੇਟੀ ਦੇ ਵਿੱਚ ਇਹ ਕੈਂਪ ਆਯੋਜਿਤ ਕੀਤਾ ਗਿਆ ਅਤੇ ਲੋਕਾਂ ਨੂੰ ਟੀਕਾਕਰਨ ਦੇ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਪ੍ਰਭਜੋਤ ਜੀ, ਮੈਮ ਕਿਸ ਤਰ੍ਹਾਂ ਦਾ ਇੱਥੇ ਸ਼ਿਵਰ ਲਗਾਇਆ ਗਿਆ ਔਰ ਕਿਹੜੀ ਜਗ੍ਹਾ ਤੇ ਲਗਾਇਆ ਗਿਆ? ਅੱਜ ਮਾਰਕੀਟ ਕਮੇਟੀ ਵਿੱਚ ਕਰੋਨਾ ਵੈਕਸੀਨ ਵਾਸਤੇ ਸੈਂਪਲਿੰਗ ਵੀ ਹੋ ਰਹੀ ਹੈ ਤੇ ਇੰਜੈਕਸ਼ਨ ਵੀ ਲੱਗ ਰਹੇ ਨੇ, ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਅਸੀਂ ਇੰਜੈਕਸ਼ਨ ਲਾਉਣ ਵਾਸਤੇ। ਕਿੰਨੇ ਲੋਕ ਹੁਣ ਤੱਕ ਆ ਗਏ ਇਸ ਕੈਂਪ ਦੇ ਵਿੱਚ? 50 ਲਵਾ ਗਏ ਨੇ। ਅੱਛਾ ਜੀ, 50 ਦੇ ਕਰੀਬ ਲਵਾ ਲਏ ਨੇ। ਤੇ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ? ਬਸ ਇਹੀ ਮੈਸੇਜ ਹੈ ਸਾਡਾ ਵੀ ਇੰਜੈਕਸ਼ਨ ਲਗਵਾਓ, ਵੱਧ ਤੋਂ ਵੱਧ ਗਿਣਤੀ ਵਿੱਚ ਇੰਜੈਕਸ਼ਨ ਲਗਵਾਓ, ਬਚਾਅ ਵਿੱਚ ਬਚਾਅ ਹੈ।